ਬਲਦੀਪ ਸਿੰਘ ਦੀ ਰਚਨਾ ਸੂਲ ਦੀ ਚੋਬ ਕਤਲ ਦਾ ਜੁਰਮ ਰੌਣਾ ਤਾਂ ਸਿਰਫ ਇਨੀ ਇੱਕ ਗੱਲ ਤੋਂ ਪੈ ਗਿਆ ਕਿ ਗੱਡੀ ਖਾਲੀ ਕਰਵਾਉਣ ਵਾਲਾ ਆਦਮੀ ਡਰਾਈਵਰ ਤੋਂ 100 ਰੁਪਏ ਮੰਗਦਾ ਸੀ ਡਰਾਈਵਰ ਪਹਿਲੀ ਵਾਰ ਗਿਆ ਸੀ ਉੱਥੇ ਉਸ ਫੈਕਟਰੀ ਦਾ ਉੱਥੋਂ ਦੇ ਮਾਹੌਲ ਦਾ ਭੇਤੀ ਨਹੀਂ ਸੀ ਡਰਾਈਵਰ ਆਕੜ ਕੇ ਪਿਆ ਉਸ ਆਦਮੀ ਨੂੰ ਆਹ ਦਾ ਰੁਪਈਆ ਦਰਖਤਾਂ ਨੂੰ ਨਹੀਂ ਲੱਗਦੇ ਰੁਪਈਏ ਤੇ ਨਾਈਂ ਛਿੜੀਆਂ ਜਨੌਰ ਖਾਗਦੇ ਰਹੇ ਉਸ ਆਦਮੀ ਨੇ ਸਮਝਾਇਆ ਇਹ ਗੁੱਸਾ ਮਹਿੰਗਾ ਪਵੇਗਾ ਤੈਨੂੰ ਤੇ ਤੇਰੇ ਮਾਲਕ ਨੂੰ ਵੀ ਪਰ ਡਰਾਈਵਰ ਅੜਿਆ ਰਿਹਾ ਉਸ ਆਦਮੀ ਨੇ ਗੱਡੀ ਖਾਲੀ ਹੁਣ ਰੁਕਵਾ ਦਿੱਤੀ ਤੇ ਉੱਪਰ ਆਪਣੇ ਅਧਿਕਾਰੀ ਅਫਸਰਾਂ ਕੋਲ ਜਾ ਸ਼ਿਕਾਇਤ ਕੀਤੀ ਸਾਫ਼ ਗੱਡੀ ਦਾ ਤੇਲ ਖਰਾਬ ਹੈ ਇਸ 'ਚੋ ਅਜੀਬ ਗੰਧ ਆਉਂਦੀ ਹੈ ਮੈਨੂੰ ਸ਼ੱਕ ਹੈ ਕੁਝ ਮਲਾਇਆ ਹੈ ਇਸ 'ਚ ਸਾਰਾ ਸਰਕਾਰੀ ਅਮਲਾ ਹਰਕਤ 'ਚ ਆ ਗਿਆ ਭਾਜੜ ਪੈ ਗਈ ਡਰਾਈਵਰ ਵੀ ਆਉਣ ਵਾਲੇ ਝੰਜਟਾਂ ਤੋਂ ਸੁਚੇਤ ਨਹੀਂ ਸੀ ਸਿਕਿਉਰਿਟੀ ਗਾਰਡ ਬਾਖਬਰ ਹੋ ਗਏ ਗੱਡੀ ਉਹਨਾਂ ਆਪਣੇ ਇਖਤਿਆਰ ਚ ਕਰ ਲਈ ਟ੍ਰਾਂਸਪੋਰਟ ਨੂੰ ਟੈਲੀਫੋਨ ਕਰਤਾਏ ਗਏ ਸੂਲ ਦੀ ਚੋਕ ਕਤਲ ਦਾ ਜੁਰਮ ਬਣ ਗਈ ਉਸ 100 ਰੁਪਏ ਦੇ ਲੈਣ ਦੇਣ ਨਾਲ ਨਾ ਮੇਰੇ ਡਰਾਈਵਰ ਨੂੰ ਕੋਈ ਫਰਕ ਪੈਣਾ ਸੀ ਨਾ ਹੀ ਉਸ ਆਦਮੀ ਦੇ ਮਹਿਲ ਚ ਬਾਰੇ ਉਸਰਨੇ ਸਨ ਪਰ ਮੈਨੂੰ ਉਹਨਾਂ ਕੀੜਿਆਂ ਵਾਲੇ ਝੰਡ ਤੇ ਝਾੜ ਦਿੱਤਾ 26 ਨਵੰਬਰ 1983 ਦਾ ਮਨਹੂਸ ਦਿਨ ਸ਼ਾਇਦ ਜ਼ਿੰਦਗੀ ਭਰ ਨਹੀਂ ਭੁੱਲੇਗਾ ਮੈਨੂੰ ਚਿਰਾਂ ਤੋਂ ਜਾਨੂ ਇੱਕ ਟ੍ਰਾਂਸਪੋਰਟਰ ਨੇ ਆਪਣਾ ਆਦਮੀ ਭੇਜਿਆ ਸੀ ਮੇਰੇ ਕੋਲ ਟੈਂਕਰ ਚਾਹੀਦਾ ਅੱਜ ਜ਼ਰੂਰੀ ਉਹਨੇ ਕਿਹਾ ਤੇ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਮਾਨ ਨਾਲ ਬੋਲਿਆ ਨਾ ਨਹੀਂ ਕਰਨੀ ਇੰਜ਼ਾਦਾ ਸਵਾਲ ਹੈ ਲੋਡ ਕੀ ਹੋਏਗਾ ਮੈਂ ਪੁੱਛਿਆ ਖਾਣ ਵਾਲਾ ਤੇਲ ਕਰੂਡ ਰੈਪਸੀਡ ਆਇਲ ਪਰ ਮੇਰੀ ਗੱਡੀ ਤਾਂ ਕਾਲੇ ਤੇਲ ਵਾਲੀ ਫਰਾਵਾ ਮਰਵਾਉਣਾ ਧੋ ਲੈ ਯਾਰ ਚੰਗੀ ਤਰ੍ਹਾਂ ਸਾਫ਼ ਨਹੀਂ ਹੋਣੀ ਮੈਂ ਜਿਹੜਾ ਕੀਤੀ ਕਰਵਾ ਲੈ ਯਾਰ ਮਾਲ ਚੁੱਕਣਾ ਹੈ ਉਹਨੇ ਹਿੰਮਤ ਕੀਤੀ ਆਣ ਵਾਲਾ ਤੇਲ ਮੈਂ ਰਿਸਕ ਨਹੀਂ ਲੈਣਾ ਮੈਂ ਇਨਕਾਰ ਕਰਤਾ ਮੋਏ ਪੁੱਛਦੇ ਨੇ ਲੋਡ ਕਰਨ ਵਾਲੇ ਆਪਣੇ ਆਦਮੀ ਨੇ ਸਭ ਚੱਲਦਾ ਓਦੇ ਟੈਂਕਰ ਦੀ ਮਿਆਦ ਮੁੱਕਦੀ ਸੀ ਰਕਮ ਡੁੱਬਦੀ ਸੀ ਕਿਸੇ ਤਰ੍ਹਾਂ ਵੀ ਉਹਨੇ ਤੇਲ ਝੁਕਣਾ ਸੀ ਖੈਰ ਸਨੇਚਰਵਾਰ ਗੱਡੀ ਲੋਡ ਹੋ ਗਈ ਉਸ ਦਿਨ ਰਾਤ ਦੇ 8 ਵਜੇ ਡਰਾਈਵਰ ਗੱਡੀ ਫੈਕਟਰੀ ਚ ਖੜੀ ਕਰ ਆਇਆ ਅਗਲੇ ਦਿਨ ਐਤਵਾਰ ਸੀ ਤੇ ਉਹਨਾਂ ਸੋਮਵਾਰ ਨੂੰ ਗੱਡੀ ਖਾਲੀ ਕਰਨੀ ਸੀ ਸੋਮਵਾਰ 3 ਵਜੇ ਮੇਰੇ ਕੋਲ ਖਬਰ ਪਹੁੰਚ ਗਈ ਗੀ ਗੱਡੀ ਦਾ ਤਾਂ ਝਮੇਲਾ ਪਿਆ ਤੂੰ ਜਲਦੀ ਜਾ ਕਿਸੇ ਐਕਸੀਡੈਂਟ ਦੀ ਖਬਰ ਸੁਣ ਕੇ ਵੀ ਮਨ ਸਾਵਾ ਰਹਿਣ ਦਾ ਬਿਆਸੀ ਹੋ ਗਿਆ ਹੈ। ਦੁਰਘਟਨਾ ਸਾਡੇ ਵੱਸੋਂ ਬਾਹਰ ਆਮਲ ਹੈ। ਪਰ ਅਜਿਹੇ ਕਾਂਡ ਸੋਚੀ ਸਮਝੀ ਸਾਜ਼ਿਸ਼ ਬਣ ਜਾਂਦਾ ਹੈ। ਸੁਣ ਕੇ ਸਰੀਰ ਦੇ ਸਾਰੇ ਲਹੂ ਦਾ ਪਾਣੀ ਬਣ ਗਿਆ। ਉਸ ਵੇਲੇ ਸਾਰੇ ਜਿਸਮ ਚੋਂ ਦੀ ਲੰਗੀ ਕਿਸੇ ਕਰੰਟ ਜਿਹੇ ਦੀ ਝਰਨਾਟ ਮੈਂ ਅੱਜ ਵੀ ਮਹਿਸੂਸ ਕਰਦਾ। ਫੈਕਟਰੀ ਚ ਗਿਆ। ਉੱਥੇ ਕੰਮ ਕਰਦੇ ਸਾਰੇ ਅਫਸਰਾਂ ਤੇ ਛੋਟੇ ਕਰਮਚਾਰੀਆਂ ਨੇ ਮੇਰੇ ਵਾਲਿਆਂ ਵੇਖਿਆ ਜਿਵੇਂ ਮੈਂ ਇੱਕ ਬਹੁਤ ਵੱਡਾ ਸਮਗਲਰ ਹੋਵਾਂ ਜਾਂ ਚੰਬਲ ਕਾਂ ਘਾਟੀ ਦਾ ਖੂਨ ਖਾਰ ਡਾਕੂ ਹੋਵਾਂ ਉਹ ਮੇਰੇ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ ਸੀ ਮੈਂ ਡਰਾਈਵਰ ਨੂੰ ਪੁੱਛਿਆ ਉਹਨੇ 100 ਰੁਪਏ ਵਾਲੀ ਘਟਨਾ ਦੱਸੀ ਹੁਣਾਂਦੇ ਐ ਤੁਸੀਂ ਤੇਲ 'ਚ ਕੁਝ ਮਿਲਾ ਕੇ ਲਿਆਏ ਆਂ ਤੇਲ ਖਰਾਬ ਹੋ ਗਿਆ ਡਰਾਈਵਰ ਮਾਲਕ ਦੋਹਾਂ ਨੂੰ ਜੇਲ੍ਹ ਹੋਊਗੀ ਨਾਲੇ ਗੱਡੀ ਵੀ ਨਹੀਂ ਛੱਡਣੀ ਡਰਾਈਵਰ ਪੂਰਾ ਘਬਰਾਇਆ ਹੋਇਆ ਸੀ ਤੇ ਡਰ ਨਾਲ ਮੂੰਹ ਪੀਲਾ ਹੋ ਗਿਆ ਸੀ ਉਹਨੇ ਤਾਂ ਮੇਰੇ ਪੈਰਾਂ ਦੀ ਮਿੱਟੀ ਵੀ ਕਾੜਦੀ ਤੂੰ ਕੁਝ ਕੀਤਾ ਤਾਂ ਨਹੀਂ ਕਾਵਾਂ ਤੇ ਸੱਪਾਂ ਵਾਂਗ ਡਰਾਈਵਰਾਂ ਦਾ ਵੀ ਘਾਟੇ ਇਤਬਾਰ ਹੁੰਦਾ ਹੈ। ਭੂਰੀ ਜੀ ਤੇਲ ਦੀ ਭਿੱਜੀ ਵਰਦੀ ਵਾਲੇ ਵੱਲ ਝਾਕ ਕੇ ਬੋਲਿਆ ਉਹ ਮੰਗਦਾ ਸੀ 100 ਰੁਪਈਆ ਮੇਰਾ ਸਾਲਾ ਮੇਰੇ ਕੋਲ ਹੈ ਨਹੀਂ ਸੀ ਕਿੱਥੋਂ ਦਿੰਦਾ ਤੂੰ ਮਰ ਜਾਂਦਾ ਮੇਰੇ ਕੋਲੋਂ ਮੰਗ ਲੈ ਜਾਂਦਾ ਪਰ ਆਪਣੀ ਕੋਈ ਗਲਤੀ ਹੈ ਨਹੀਂ ਬਾਉ ਐਵੇਂ ਦੇਈ ਜਾਈਏ ਪਤਾ ਤਾਂ ਹੁਣ ਲੱਗੂ ਗਲਤੀ ਦਾ ਇੱਥੇ ਕਿਹਨੇ ਆਪਣੀ ਸੁਣਨੀ ਹੈ ਤੇਰਾ 100 ਜੇ ਨਾ ਲੱਖਾਂ ਚ ਪਿਆ ਤਾਂ ਕਹੀਂ ਡਰਾਈਵਰ ਪਰਾਂ ਜਾ ਖੜਿਆ ਮੈਂ ਵਾਪਸ ਆ ਕੇ ਟਰਾਂਸਪੋਰਟ ਵਾਲੇ ਨੂੰ ਲੈ ਕੇ ਗਿਆ ਫੈਕਟਰੀ ਮੈਨੇਜਰ ਨੇ ਮੂੰਚੋਂ ਆ ਗੋਗਲੀ ਤੇਲ ਚ ਕੀ ਖੇਸਵਾ ਮਿਲਦੀ ਹੈ ਕਿੰਨੇ ਆਦਮੀ ਮਰਨਗੇ ਖਾ ਕੇ ਕੌਣ ਜ਼ਿੰਮੇਵਾਰ ਹੋਏਗਾ ਮੈਂ ਇਹ ਤੇਲ ਨਹੀਂ ਲੈ ਸਕਦਾ ਟਰਾਂਸਪੋਰਟ ਵਾਲੇ ਨੇ ਸਮਝਾਇਆ ਸ੍ਰੀਮਾਨ ਜੀ ਗੱਡੀ ਚ ਪਹਿਲਾਂ ਦੂਜਾ ਤੇਲ ਭਰਿਆ ਸੀ ਉਹਦੀ ਗੰਧ ਆ ਸਕਦੀ ਹੈ ਪਰ ਇਸ ਚ ਕੁਝ ਨਹੀਂ ਮਿਲਿਆ ਹੋਇਆ ਸਾਡਾ ਕੈਮਿਸਟ ਆਂਦਾ ਇਸ ਚ 50 ਫੀਸਦੀ ਮਿਲਾਵਟ ਹੈ ਫੈਕਟਰੀ ਮੈਨੇਜਰ ਫਿਰ ਗਰਜਿਆ ਅਸੀਂ ਬੜੀਆਂ ਦਲੀਲਾਂ ਦਿੱਤੀਆਂ ਪਰ ਚਿਕਨੇ ਘੜੇ ਵਾਂਗ ਉਹਨਾਂ ਤੇ ਅਸਰਦੀਕ ਬੂੰਦਵੀ ਨਾਟਕੀ ਮੈਨੇਜਰ ਨੇ ਕਿਹਾ ਦੇਖੋ ਜੀ ਇਹ ਪ੍ਰੋਜੈਕਟ ਗਵਰਨਮੈਂਟ ਅੰਡਰਟੇਕਿੰਗ ਹੈ ਕੌਣ ਰਿਸਕ ਲਏਗਾ ਸਾਡੀ ਨੌਕਰੀ ਵੀ ਜਾ ਸਕਦੀ ਹੈ ਅੱਖੀਂ ਵੇਖ ਕੇ ਤਾਂ ਮੱਖੀ ਨਹੀਂ ਨਿਗਲੀ ਜਾ ਸਕਦੀ ਹੁਣ ਤਾਂ ਜੇ ਅਸੀਂ ਖਾਲੀ ਵੀ ਕਰਵਾਈਏ ਯੂਨੀਅਨ ਸਾਡੇ ਨੱਕ ਚ ਦਮ ਕਰ ਦੇਗੀ ਆਖੇਗੀ ਪੈਸੇ ਲੈ ਕੇ ਤੇਲ ਖਾਲੀ ਕਰਵਾ ਲਿਆ ਬਹੁਤ ਜ਼ੋਰ ਪਾਉਣਦੇ ਉਹ ਮੰਨੇ ਵੀ ਗੈਰ ਸਰਕਾਰੀ ਤੌਰ ਤੇ ਤੇਲ ਨੂੰ ਕਿਸੇ ਬਾਹਰ ਦੀ ਪ੍ਰਯੋਗਸ਼ਾਲਾ ਚ ਟੈਸਟ ਕਰਾਇਆ ਗਿਆ ਉਹਨਾਂ ਦੀ ਆਪਣੀ ਪ੍ਰਯੋਗਸ਼ਾਲਾ ਠੀਕ ਨਿਰਨਾ ਦੇਣ ਤੋਂ ਸਮਰਥ ਹੈ ਉਸੇ ਬਾਹਰੀ ਰਿਪੋਰਟ ਦੇ ਆਧਾਰ ਤੇ ਫੈਸਲਾ ਹੋ ਸਕਦਾ ਹੈ ਤਾਂ ਟਿੱਕਰ ਗੱਡੀ ਫੈਕਟਰੀ ਦੇ ਅੰਦਰ ਹੀ ਰਹੇਗੀ ਸਾਰਾ ਕੁਝ ਉਹਨਾਂ ਟਰਾਂਸਪੋਰਟ ਵਾਲੇ ਦੇ ਪਹਿਲੇ ਪਹਿਲਾਂ ਦੇ ਚੰਗੇ ਵਰਤਾਰੇ ਨੂੰ ਆਧਾਰ ਬਣਾ ਕੇ ਸਵੀਕਾਰ ਕੀਤਾ ਫਸੀ ਤਾਂ ਫਟਕਣਗੀ ਅਗਲੇ ਦਿਨ ਟੈਂਕਰ ਚੋਂ ਤੇਲ ਦਾ ਨਮੂਨਾ ਭਰਿਆ ਬਾਕਾਇਦਾ ਉਹਨਾਂ ਦੀ ਹਾਜ਼ਰੀ 'ਚ ਉਹਨਾਂ ਦੇ ਸੁਝਾਅ ਤੇ ਪ੍ਰਯੋਗਸ਼ਾਲਾ ਨੂੰ ਟੈਸਟ ਲਈ ਦਿੱਤਾ ਗਿਆ ਪ੍ਰਯੋਗਸ਼ਾਲਾ ਵਾਲਿਆਂ ਘੱਟ ਤੋਂ ਘੱਟ 15 ਦਿਨ ਦਾ ਸਮਾਂ ਮੰਗਿਆ ਇਹ 15 ਦਿਨ ਸੂਲੀ ਤੇ ਲਟਕਦਿਆਂ ਲੰਗੇ ਰਿਪੋਰਟ ਮਿਲਣ ਵਾਲੇ ਦਿਨੇ ਉਹ ਜਾਪਿਆ ਜਿਵੇਂ ਅੱਜ ਹੀ ਵਿਦਮਾਤਾ ਨੇ ਮੇਰੇ ਮੱਥੇ ਦੀਆਂ ਲਕੀਰਾਂ ਉਕਰਨੀਆਂ ਹੋਣ ਦਿਨ ਚੜਿਆ ਸੂਰਜ ਇਉ ਹੌਲੀ ਹੌਲੀ ਸਰਕਦਾ ਜਾਪਿਆ ਜਿਵੇਂ ਤੇਲ ਮੁਕੇ ਤੋਂ ਗੱਡੀ ਖੁਜਕੇ ਜੇ ਮਾਰਗਾਂ ਵੱਧਦੀ ਆ ਖੈਰ ਰਿਪੋਰਟ ਮਿਲੀ ਉਸ 2% ਦੀ ਖਣੇ ਜਿੱਤ ਤੇਲ ਮਿਨਰਲ ਆਇਲ ਮਿਲਿਆ ਉਹਨੇ ਇਹ ਵੀ ਕਿਹਾ ਵੀ ਕਰੂਡ ਆਇਲ ਵਿੱਚ 2% ਦੀ ਤੇਲ ਦਾ ਮਿਸ਼ਰਣ ਹੋ ਸਕਦਾ ਹੈ ਰੀਪੋਰਟ ਵੇਖ ਕੇ ਪ੍ਰੋਜੈਕਟ ਵਾਲਿਆਂ ਨੂੰ ਗੱਡੀ ਛੱਡ ਦੇਣੀ ਪਣਦੀ ਸੀ ਉਲਟਾ ਟਰਾਂਸਪੋਰਟ ਵਾਲਾ ਉਹਨਾਂ ਉੱਤੇ ਕੇਸ ਕਰ ਸਕਦਾ ਸੀ ਵੀ ਤੁਸੀਂ ਗੱਡੀ ਨੂੰ ਨਜਾਇਜ਼ ਰੋਕ ਕੇ ਰੱਖਿਆ ਹੈ ਇਹਦਾ ਨੁਕਸਾਨ ਵੀ ਤੁਹਾਨੂੰ ਦੇਣਾ ਪਏਗਾ ਅਧਿਕਾਰੀ ਕਿੜਕੀ ਚ ਵਸ ਗਏ ਜਿਵੇਂ ਪਰ ਉਹਨਾਂ ਸਾਨੂੰ ਕਿਹਾ ਵੀ ਇਸ ਰਿਪੋਰਟ ਤੇ ਉਹਨਾਂ ਨੂੰ ਤਸੱਲੀ ਨਹੀਂ ਉਹਨਾਂ ਨੇ ਸ਼ੱਕ ਕੀਤਾ ਵੀ ਅਸੀਂ ਮਿਲ ਮਲਾ ਕੇ ਰਿਪੋਰਟ ਲਿਆਏ ਆ ਸਾਡਾ ਕੈਮਿਸਟ ਦੇ ਅੰਦਰ ਵੀ ਇਸ ਚੱਦੋ ਵੱਦ ਕੋਈ ਸਸਤਾ ਤੇਲ ਮਿਲਿਆ ਹੋਇਆ ਉਹਨਾਂ ਆਖਿਆ ਟਰਾਂਸਪੋਰਟ ਨੇ ਬਥੇਰੀ ਪੇਸ਼ ਕੀਤੀ ਉਹਨੇ ਇਹ ਵੀ ਪੇਸ਼ਕਸ਼ ਕੀਤੀ ਵੀ ਜੇ ਤੇਲ ਤੁਹਾਡੇ ਵਰਤੋਂ ਦੇ ਲਾਇਕ ਨਹੀਂ ਤਾਂ ਮੈਂ ਇਹਦੀ ਪੂਰੀ ਕੀਮਤ ਦੇ ਦੇਣਾ ਤੁਸੀਂ ਤੇਲ ਮੈਨੂੰ ਵਾਪਸ ਦੇ ਦਿਓ ਮੈਂ ਕਿਸੇ ਸਾਬਣ ਫੈਕਟਰੀ ਨੂੰ ਵੇਚ ਦਿਆਂਗਾ ਜਿਹੜਾ ਵੀ ਨੁਕਸਾਨ ਹੋਇਆ ਮੈਂ ਚੱਲ ਲਵਾਂਗਾ ਪਰ ਇੱਥੇ ਤਾਂ ਉਹ ਗੱਲ ਸੀ ਜੱਟ ਆਖਦਾ ਸੀ ਪੂਰਾ ਤੋਲੀ ਤੇ ਬਾਣੀ ਆਖਦਾ ਸੀ ਥੜੇ ਤੋਂ ਹੇਠਾਂ ਉਤਰ ਉਹਨਾਂ ਨੇ ਕਿਹਾ ਸਰਕਾਰੀ ਮਾਮਲਾ ਹੈ ਕੋਈ ਵੀ ਫੈਸਲਾ ਸੀ ਆਪਣੀ ਜ਼ਿੰਮੇਵਾਰੀ ਤੇ ਨਹੀਂ ਲੈ ਸਕਦੇ ਮੈਨੇਜਿੰਗ ਡਾਇਰੈਕਟਰ ਨੂੰ ਪੁੱਛਣਾ ਪਏਗਾ ਤੁਸੀਂ ਚਾਹੋ ਤਾਂ ਐਮਡੀ ਪਾਸ ਚਲੇ ਜਾਓ ਅਸੀਂ ਪੂਰਾ ਕੇਸ ਤਿਆਰ ਕਰਕੇ ਉੱਥੇ ਭੇਜ ਰਹੇ ਹਾਂ ਉਸ ਦਿਨ ਜਾਂ ਉਹ ਤੋਂ ਅਗਲੇ ਦਿਨ ਸਰਕਾਰੀ ਅਦਾਰੇ 'ਚ ਇੱਕ ਹੋਰ ਫਾਈਲ ਨੇ ਜਨਮ ਲਿਆ ਤੇ ਰਾਜਨੀਤਿਕਾਂ ਦੀ ਜਿੱਦ ਵਾਂਗ ਮੇਰੇ ਕੇਸ ਦਾ ਮਸਲਾ ਲਟਕਦਾ ਲਟਕਦਾ ਲਟਕ ਗਿਆ ਫਾਈਲ ਭਾਰੀ ਹੁੰਦੀ ਗਈ ਮੇਰਾ ਲਹੂ ਸੁੱਕਦਾ ਗਿਆ ਰਾਤਾਂ ਦੀ ਨੀਂਦ ਹਰਾਮ ਹੁੰਦੀ ਗਈ ਤੇ ਮੈਂ ਇੱਕ ਸਰਕਾਰੀ ਦਫ਼ਤਰ ਤੋਂ ਦੂਜੇ ਸਰਕਾਰੀ ਦਫ਼ਤਰ ਤੱਕ ਸਾਰਾ ਦਿਨ ਧੱਕੇ ਖਾਂਦਾ ਫਿਰਨ ਲੱਗਾ ਟ੍ਰਾਂਸਪੋਰਟ ਵਾਲਾ ਫੈਲੀਆਂ ਅਫਵਾਹਾਂ ਤੋਂ ਬਹੁਤ ਡਰ ਗਿਆ ਮਿਲਾਵਟ ਦੇ ਕੇਸ 'ਚ ਜੇਲ੍ਹ ਹੋ ਜਾਏਗੀ ਸਰਦਾਰ ਜੀ ਕੌਣ ਕੋਟਾਂ ਕਚਹਿਰੀਆਂ ਦੇ ਚੱਕਰ 'ਚ ਫਸੇਗਾ ਕੁਝ ਲੈ ਦੇ ਕੇ ਰਫਾ ਦਫਾ ਕਰ ਦੇ ਮੈਂ ਕੀ ਆਖਦਾ ਗੱਡੀ ਮੇਰੀ ਖੜੀ ਸੀ ਨੁਕਸਾਨ ਮੇਰਾ ਹੋ ਰਿਹਾ ਸੀ ਕਈਆਂ ਵਕੀਲਾਂ ਤੋਂ ਰਾਏਆਂ ਲਈਆਂ ਸਭ ਮਗਰਮੱਛਾ ਵਾਂਗ ਮੂੰਹ ਅੱਡੀ ਦੁਕਾਨਾ ਖੁੱਲੀ ਬੈਠੇ ਆ ਦੋਸਤ ਮਿੱਤਰ ਆ ਕੇ ਪੁੱਛਦੇ ਯਾਰ ਸੁਣਿਆ ਗੱਡੀ ਫਸ ਗਈ ਬੜਾ ਮਾੜਾ ਹੋਇਆ ਕੀ ਮਲਾਇਆ ਸੀ ਤੇਲ ਹੁਣ ਕਿਸੇ ਚੰਗੇ ਬੰਦੇ ਨੂੰ ਫੜ ਡਰਾਈਵਰ ਦੇ ਵਿਰੁੱਧ ਪੁਲਿਸ ਵਿੱਚ ਡਾਇਰੀ ਲਿਖਵਾ ਦੇ ਨਹੀਂ ਤਾਂ ਤੂੰ ਫਸ ਜਾਏਂਗਾ ਜਿਹੜਾ ਵੀ ਆਉਂਦਾ ਆਪਣੀ ਸਿਆਣਪ ਦੀ ਪ੍ਰਦਰਸ਼ਨੀ ਕਰਦਾ ਤੇ ਚਲਾ ਜਾਂਦਾ ਕੁਝ ਤਾਂ ਸਿਰਫ ਇਸ ਕਰਕੇ ਪਤਾ ਲੈਣ ਹੁੰਦੇ ਵੀ ਜੇ ਨਾ ਗਏ ਤਾਂ ਬੁਰਾ ਬਣਾਏਗਾ ਤੇ ਜੇ ਮਨੁੱਖ ਦੇ ਚਿਹਰੇ ਨੂੰ ਮੌਕਾ ਪ੍ਰਸਤੀ ਦਾ ਨਕਾਬ ਪਹਿਨਣ ਦੀ ਆਦਤ ਨਾ ਹੁੰਦੀ ਤਾਂ ਅੱਜ ਦੁਨੀਆ ਦਾ ਕੋਈ ਵੀ ਮੁਲਕ ਇੱਕ ਦੂਜੇ ਦਾ ਮਿੱਤਰ ਨਾ ਹੁੰਦਾ ਤੇ ਸ਼ਾਇਦ ਨਾ ਹੀ ਦੁਨੀਆ ਉੱਤੇ ਕੋਈ ਆਪਸੀ ਰਿਸ਼ਤਾ ਰਹਿੰਦਾ ਖੈਰ ਗੱਡੀ ਦੇ ਕੇਸ ਦੀ ਫਾਈਲ ਪ੍ਰੋਜੈਕਟ ਮੈਨੇਜਰ ਤੋਂ ਮੈਨੇਜਿੰਗ ਡਾਇਰੈਕਟਰ ਫਿਰ ਮੰਤਰੀਆਂ ਨਿੱਜੀ ਸਕੱਤਰਾਂ ਵਿੱਚ ਦੀ ਘੁੰਮਦੀ ਘਮਾਉਂਦੀ ਫੂਡ ਮਿਨਿਸਟਰ ਕੋਲ ਜਾ ਕੇ ਅਟਕ ਗਈ। ਕੁਝ ਦਿਨ ਮੰਤਰੀ ਸਾਹਿਬ ਵੀ ਕੋਈ ਫੈਸਲਾ ਨਾ ਲੈ ਸਕੇ। ਉਹਨਾਂ ਸਾਰਾ ਕੇਸ ਆਪਣੇ ਕਾਨੂੰਨੀ ਸਲਾਹਕਾਰ ਨੂੰ ਸੌਂਪ ਦਿੱਤਾ। ਫਾਈਲ ਨੂੰ ਇੱਥੋਂ ਤੱਕਰ ਪਹੁੰਚਣ ਲਈ 2 ਮਹੀਨੇ ਲੱਗ ਗਏ। ਡਰਾਈਵਰ ਖਲਾਸੀ ਬੈਠੇ ਖਾਰੇ ਸੀ। ਮੈਂ ਆਪ ਕਿਧਰੇ ਵੀ ਹੋਰ ਕਿਸੇ ਕੰਮ ਨਹੀਂ ਜਾ ਸਕਦਾ ਸੀ। ਬਾਰਲੇ ਰਾਜਾਂ ਚ ਤੇਲ ਤੇ ਚਰਬੀ ਦੀ ਮਿਲਾਵਟ ਦੇ ਸਕੈਂਡਲ ਅਖਬਾਰਾਂ ਚ ਚਰਚਾ ਦਾ ਵਿਸ਼ਾ ਸੰਤੇ ਮੈਨੂੰ ਵੀ ਉਸੇ ਰਸੇ ਨਰੜਿਆ ਜਾ ਰਿਹਾ ਸੀ ਮੈਂ ਸਵੇਰੇ 11 ਵਜੇ ਮਨਿਸਟਰ ਨੂੰ ਮਿਲਣ ਲਈ ਜਾਂਦਾ ਸ਼ਾਮ ਦੇ 4 ਵਜੇ ਸੈਕਟਰੀ ਇਹ ਕਹਿ ਕੇ ਮੋੜ ਦਿੰਦਾ ਅੱਜ ਬਿਜ਼ੀ ਨੇ ਕੱਲ ਆਉਣਾ ਤੇ ਮੇਰੇ ਜੀ ਕਰੇ ਜੇ ਫੈਕਟਰੀ ਚ ਮੈਨੂੰ ਗੱਡੀ ਕੋਲ ਜਾਣ ਦੀ ਆਗਿਆ ਹੋਵੇ ਤਾਂ ਮੈਂ ਖੜੀ ਨੂੰ ਅੱਗ ਲਾ ਦੇਵਾਂ ਰੱਜੇ ਤਾਂ ਇਹੋ ਜੇ ਕਾਰੋਬਾਰ ਤੋਂ ਇਸ ਘਟਨਾ ਨੇ ਮੇਰਾ ਖਾਣ ਪੀਣ ਤੇ ਮਨ ਦਾ ਚੈਨ ਖੋ ਲਿਆ ਸੀ ਕੁਝ ਮਿੱਤਰਾਂ رائے ਦਿੱਤੀ ਐ ਅੱਖੀ ਪਲਾਹੀ ਹੱਥ ਮਾਰਿਆ ਕੁਝ ਨਹੀਂ ਬਣਨਾ ਤੇਰੀ ਗੱਡੀ ਹੁਣ ਰਾਜਨੀਤਿਕ ਦਬਾਰ ਨਾਲ ਨਿਕਲੂਗੀ ਕਿਸੇ ਨੇਤਾ ਨੂੰ ਫੜ ਇੱਕ ਸਥਾਨਕ ਅਸਰ ਰਸੂਖ ਵਾਲੇ ਆਦਮੀ ਨੂੰ ਲੈ ਕੇ ਮਨਿਸਟਰ ਤੇ ਸੈਕਟਰੀ ਨੂੰ ਮਿਲੇ ਉਹਨੂੰ ਰਾਜਨੀਤਿਕ ਭਾਸ਼ਾ ਚ ਕਿਹਾ ਵੀ ਪਹਿਲਾਂ ਕਿਉਂ ਨਹੀਂ ਆਇਆ ਹੁਣ ਬਹੁਤ ਦੇਰ ਹੋ ਗਈ ਇਹ ਗੱਲ ਸਾਰੇ ਫੈਲ ਗਈ ਹੈ ਫਿਰ ਵੀ ਕੋਸ਼ਿਸ਼ ਕਰਾਂਗਾ ਇਹ ਲੋਕ ਕਦੇ ਵੀ ਕਿਸੇ ਨੂੰ ਤੋੜ ਕੇ ਜਵਾਬ ਨਹੀਂ ਦਿੰਦੇ ਜ਼ਿਬਾ ਕਰਕੇ ਤੜਪਦਾ ਛੱਡ ਦਿੰਦੇ ਇਹਨਾਂ ਦਿਨਾਂ ਚ ਵੀ ਇਥੋਂ ਨਿਕਲਦੇ ਹਿੰਦੀ ਸਪਤਾਹਿਕ ਦੇ ਸੰਪਾਦਕ ਸ੍ਰੀ ਗਿੱਤੇ ਸ਼ਰਮਾ ਦਾ ਫੋਨ ਤੇ ਸੁਨੇਹਾ ਮਿਲਿਆ ਕਿ ਅਮਰਤਾ ਪ੍ਰੀਤਮ ਤੇ 임ਰੋਜ਼ ਕਲਕੱਤੇ ਆ ਰਹੇ ਹੈ ਜੇਹੀ ਖਬਰ ਸੁਖਸਾਂਦੇ ਦਿਨਾਂ ਚ ਮਿਲਦੀ ਮੇਰੀ ਖੁਸ਼ੀ ਦੀ ਸੀਮਾ ਨਾ ਹੁੰਦੀ ਕਿੰਨੀ ਵਾਰ ਅਸੀਂ ਉਹਨਾਂ ਨੂੰ ਕਲਕੱਤੇ ਬੁਲਾਉਣਾ ਚਾਹ ਅਸੀਂ ਪਰ ਉਹ ਨਹੀਂ ਸੀ ਆ ਸਕੇ ਪਰ ਇਸ ਖੁਸ਼ ਖ਼ਬਰੀ ਨੇ ਮੇਰਾ ਰਹਿੰਦਾ ਸਾਹ ਸੱਤ ਵੀ ਖਿੱਚ ਲਿਆ ਗੱਡੀ ਮਗਰ ਭੱਜ ਨਾਟ ਕਰਾਂਗਾ ਕਿ ਉਹਨਾਂ ਨੂੰ ਮਿਲਾਂਗਾ ਮਨੇ ਕੁੱਤਾ ਕੰਮ ਹੋਰ ਵੀ ਬੁਰਾ ਲੱਗਣ ਲੱਗ ਪਿਆ ਤੇ ਮੈਨੂੰ ਪਤਾ ਹੈ ਮੈਂ ਜਿੰਨੀ ਵਾਰ ਵੀ ਅਮਰਤਾ ਹੋਰਾਂ ਨੂੰ ਮਿਲਣ ਗਿਆ ਸਾਂ ਮਾਨਸਿਕ ਤੌਰ ਤੇ ਮੈਂ ਉਹਨਾਂ ਕੋਲੋਂ ਗੈਰਹਾਜ਼ਰ ਹੀ ਰਿਆ ਸਾਂ ਤੇ ਫਿਰ ਦੋਸਤੋ ਫੂਡ ਮਨਿਸਟਰ ਨੇ ਹੁਕਮ ਦਿੱਤਾ ਇਹ ਮਾਮਲਾ ਸਿਹਤ ਵਿਭਾਗ ਨੂੰ ਸੌਂਪਤਾ ਜਾਏ ਪਤਾ ਲਗਾਇਆ ਜਾਏ ਤੇਲ ਮਨੁੱਖਾਂ ਦੇ ਖਾਣ ਯੋਗ ਹੈ ਕਿ ਨਹੀਂ ਤੇ ਨਿਰਣਾ ਹੁਣ ਤੱਕ ਗੱਡੀ ਰੋਕ ਕੇ ਰੱਖੀ ਜਾਏ ਜਾਨੋ ਇਹ ਇਲਹਾਮ ਸੀ ਹੁਣ ਮੈਂ ਜਿਸ ਕੋਲ ਵੀ ਜਾਂਦਾ ਉਹ ਆਖਦਾ ਮੰਤਰੀ ਦਾ ਨੇ ਗੱਡੀ ਰੋਕਣੇ ਕੋ ਬੋਲੇ ਆਪ ਉਸਕੇ ਪਾਸ ਜਾਗੇ ਸਿੱਧੇ ਰਸਤੇ ਵਿੰਗੇ ਰਸਤੇ ਸਿਹਤ ਵਿਭਾਗ ਵਾਲਿਆਂ ਇੰਨੀ ਕਿ ਮਿਹਰਬਾਨੀ ਕੀਤੀ ਕਿ ਗੱਡੀ ਦਾ ਤੇਲ ਡਰਮਾਂ ਚ ਪਰਵਾਤਾ ਗੱਡੀ ਖਾਲੀ ਕਰਤੀ ਆਪਣੇ ਵੱਲੋਂ ਗੱਡੀ ਰਿਲੀਜ਼ ਕਰਕੇ ਚਲੇ ਗਏ ਡਰਮਾਂ ਵਾਲਾ ਤੇਲ ਉਹਨਾਂ ਸੀਲ ਕਰ ਦਿੱਤਾ ਜਿੰਨਾ ਚਿਰ ਤੇਲ ਬਾਰੇ ਫੈਸਲਾ ਨਹੀਂ ਹੋ ਸਕਦਾ ਤੇਲ ਸਿਹਤ ਵਿਭਾਗ ਵਾਲਿਆਂ ਦੇ ਅਧਿਕਾਰ ਚ ਰਹੇਗਾ ਪਰ ਫੈਕਟਰੀ ਵਾਲੇ ਗੱਡੀ ਛੱਡ ਦੇਣ ਲਈ ਰਾਜ਼ੀ ਨਹੀਂ ਸੀ ਗੱਡੀ ਤੋਂ ਮੰਤਰੀ ਦਾ ਹੁਕਮ ਸੇ ਹੀ ਛੋੜ ਸਕਤੇ ਕੜੇ ਅਕੜਾ ਜਵਾਬ ਮਿਲਦਾ ਮੇਰੀ ਮਾਨਸਿਕ ਅਵਸਥਾ ਪਾਗਲ ਹੋ ਜਾਣ ਦੀ ਹੱਦ ਤੀਕਰ ਪਹੁੰਚ ਗਈ ਕੋਈ ਵੀ ਗੱਲ ਸਿਰੇ ਨਹੀਂ ਸੀ ਲੱਗ ਰਹੀ ਤੇ ਮੈਂ ਹੱਥੋਂ ਛੁੱਟੇ ਸਟੀering wheel ਵਾਂ ਵਾਲੀ ਗੱਡੀ ਵਾਂਗ ਇਧਰ ਉਧਰ ਪਟਕਰਿਆ ਸੀ ਕੁਝ ਸ਼ਿਫ ਚੰਤਕ ਸੱਚਮੁੱਚ ਹੀ ਮੇਰੇ ਦੁੱਖ ਚ ਸ਼ਰੀਕ ਸਨ ਇੱਕ ਨੇ ਆਖਿਆ ਕਿਸੇ ਸਿਆਣੇ ਤੋਂ ਪੁੱਛੀ ਪਵਾ ਕੇ ਵੇਖ ਲੈ ਤੂੰ ਮੰਨਦਾ ਨਹੀਂ ਇਹ ਸ਼ੈਅ ਹੁੰਦੀਆਂ ਜ਼ਰੂਰ ਨਹੀਂ ਕਿਸੇ ਨੇ ਤੈਨੂੰ ਕੁਝ ਕਰਾਇਆ ਹੋਊ ਵੇਖ ਲੈ ਦੂਜੇ ਨੇ ਆਖਿਆ ਤੂੰ ਕੋਈ ਟੂਣਾ ਟਾਣਾ ਲੰਘਿਆ ਹੋਏਗਾ ਕਿ ਪਤਾ ਤੇਰੇ ਮਕਾਨ ਵਾਲੀ ਬੰਗਾਲਣ ਨੇ ਕੁਝ ਕਰਾਤ ਹੋਵੇ ਇਹ ਜਾਦੂਗਰनियां ਹੁੰਦੀਆਂ ਕੋਈ ਆਖਦਾ ਤੂੰ ਅਖੰਡ ਪਾਠ ਸੁਖਲਾ ਗੱਡੀ ਆਪੇ ਛੁੱਟ ਜਾਊ ਮੈਂ ਵੀ ਹਾਰ ਕੇ ਸਾਰੇ ਹਥਿਆਰ ਸੁੱਟ ਦਿੱਤੇ ਡੁੱਬਦਾ ਬੰਦਾ ਤਿੱਲੇ ਤਣਕੇ ਫੜ ਕੇ ਪਾਰ ਲੱਗਣਾ ਪਾਰ ਲੱਗਣਾ ਲੋੜਦਾ ਉਦੋਂ ਹੀ ਪਿੰਡੋਂ ਵੱਡੀ ਭੈਣ ਦੀ ਚਿੱਠੀ ਆਈ ਤੂੰ ਸਾਨੂੰ ਨਹੀਂ ਦੱਸਿਆ ਪਰ ਸਾਨੂੰ ਪਤਾ ਲੱਗਿਆ ਤੂੰ ਬਹੁਤ ਵੱਡੀ ਮੁਸੀਬਤ 'ਚ ਐ ਮੈਂ ਜਗਰਾਵੀ ਇੱਕ ਸਿਆਣੇ ਕੋਲ ਗਈ ਸੀ ਉਨੇ ਬਹੁਤ ਮਿਹਨਤ ਨਾਲ ਦੋ ਚੀਜ਼ਾਂ ਬਣਾਈਆਂ ਤੂੰ ਮੰਨਦਾ ਨਹੀਂ ਹੁੰਦਾ ਵੀਰੇ ਪਰ ਵੇਖੀਂ ਫਾਇਦਾ ਹੋ ਉ ਪਰਦੇਸ 'ਚ ਜ਼ਿੱਦ ਨਹੀਂ ਕਰੀਦੀ ਕਲਕੱਤੇ ਮੇਰਾ ਦੋਸਤ ਸੰਗਰੂਰੀ ਮੈਨੂੰ ਇੱਕ ਮੀਹੇ ਕੋਲ ਲੈ ਗਿਆ ਉਹਨੇ ਦੱਸਿਆ ਤੇਰਾ ਰਾਹੂ ਬਹੁਤ ਨਿਮੈ 2 ਸਾਲ ਹੋਰ ਜਈ ਅਵਸਥਾ ਰਹੇਗੀ ਤੂੰ ਇੱਕ ਪੱਥਰ ਪਹਿਨਿਆ ਕਰ ਤੇ ਤਵੀਤ ਵੀ ਕਰਾ ਕੇ ਦਿਆਂਗਾ ਹਾਰ ਕੇ ਜੇਠ ਨਾਲ ਲਾਈਆਂ ਮਰਦੀ ਨੇ ਅੱਖ ਚੱਬਿਆ ਵਾਲੀ ਗੱਲ ਸੀ ਗੁਰਦੁਆਰੇ ਜਾ ਕੇ ਵਿਖਾਵੇ ਲਈ ਮੱਥੇ ਰਗੜਨੇ ਉੰਜ ਝੂਠ ਹਿਰਾਫੇਰੀਆਂ ਬੇਈਮਾਨੀਆਂ ਕਰਨ ਨਾਲੋਂ ਮੈਂ ਸਵੇਰੇ ਉੱਠ ਕੇ ਸੁੱਚੇ ਮੂੰਹ ਸੱਚੇ ਮਨ ਨਾਲ ਅਪਾਰ ਕੁਦਰਤ ਦੀ ਲੀਲਾ ਦਾ ਧੰਨਵਾਦ ਕਰਨਾ ਵਧੇਰੇ ਚੰਗਾ ਸਮਝਦਾ ਪਰ ਭੈਣਾ ਭਰਾਵਾਂ ਤੇ ਹਮਦਰ ਦਾ ਮੋਰੇ ਵਿਚਾਰਧਾਰਾ ਨੇ ਗੋਡੇ ਟੇਕ ਦਿੱਤੇ ਪੰਜਾਬ ਮਸਲੇ ਵਾਂਗ ਗੱਲ ਇੰਨੀ ਲਟਕ ਗਈ ਸਾਰੇ ਅਫਸਰਾਂ ਅਧਿਕਾਰੀਆਂ ਨੂੰ ਮੇਰੇ ਨਾਲ ਹਮਦਰਦੀ ਹੋ ਗਈ ਕਈ ਸੱਚੇ ਦਿਲੋਂ ਸੋਚਣ ਲੱਗ ਪਏ ਵੀ ਕਸੂਰ ਨਾਲੋਂ ਸਜ਼ਾ ਵਧੇਰੇ ਦਿੱਤੇ ਜਾ ਚੁੱਕੀ ਹੈ ਹੁਣ ਹੋਰ ਵੀ ਮਜਬੂਰ ਹੋ ਗਏ ਮੰਤਰੀ ਤਾਂ ਅਚਾਨਕ ਬਿਮਾਰ ਹੋ ਗਏ ਉਹਨਾਂ ਬਿਨਾ ਹੋਰ ਕੋਈ ਵੀ ਅਧਿਕਾਰੀ ਗੱਡੀ ਰਿਲੀਜ਼ ਕਰਕੇ ਖਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦਾ ਇਹਨੇ ਦਿਨੀ ਪੱਛਮੀ ਬੰਗਾਲ ਦੇ ਕਈ ਭੂਤਪੂਤ ਪਰਵ ਤੇ ਨਵੇਂ ਮੰਤਰੀ ਚੱਲ ਵਸੇ ਮੈਂ ਹੋਰ ਡਰ ਗਿਆ ਖੁਰਾਕ ਮੰਤਰੀ ਨੂੰ ਕੁਝ ਹੋ ਗਿਆ ਤਾਂ ਮੈਂ ਕਿੱਧਰ ਜਾਵਾਂਗਾ ਨਵੇਂ ਮੰਤਰੀ ਨੇ ਕਹਿਣਾ ਪਹਿਲਾਂ ਵਾਲੇ ਮੰਤਰੀ ਗੱਡੀ ਰੋਕ ਕੇ ਰੱਖਣ ਲਈ ਆ ਗਏ ਹੁਣ ਕੁਝ ਨਹੀਂ ਹੋ ਸਕਦਾ ਪਰ ਰੱਬ ਨੇ ਹੇਠਾਂ ਆ ਕੇ ਮੇਰੀ ਦੁਆ ਸੁਣ ਲਈ ਮੰਤਰੀ ਜੀ ਬਿਮਾਰੀ ਤੋਂ ਵਾਲ-ਵਾਲ ਬਚ ਗਏ ਜਦੋਂ ਹੈਲਥ ਵਿਭਾਗ ਵਾਲਿਆਂ ਗੱਡੀ ਛੱਡਤੀ ਤਾਂ ਫੈਕਟਰੀ ਮੈਨੇਜਰ ਨੇ ਵੀ ਫਾਈਲ 'ਚ ਨੋਟ ਲਿਖ ਦਿੱਤਾ ਗੱਡੀ ਛੱਡੀ ਜਾ ਸਕਦੀ ਹੈ ਮੈਨੇਜਿੰਗ ਡਾਇਰੈਕਟਰ ਨੇ ਵੀ ਗੱਡੀ ਛੱਡ ਦੇਣ ਬਾਰੇ ਲਿਖ ਦਿੱਤਾ ਸਮੁੱਚੇ ਵਿਭਾਗ ਦੇ ਕਾਨੂੰਨੀ ਸਲਾਹਕਾਰ ਨੇ ਵੀ ਲਿਖਿਆ ਸਾਰੇ ਤੱਥਾਂ ਨੂੰ ਵਿਚਾਰਦੇ ਆ ਗੱਡੀ ਛੱਡਣ 'ਚ ਕੋਈ ਇਤਰਾਜ਼ ਨਹੀਂ ਹੈ ਬਸ ਕੇਵਲ ਮੰਤਰੀ ਦਾ ਵੱਲੋਂ ਹਰੀ ਝੰਡੀ ਚਾਹੀਦੀ ਪਰ ਉਹ ਸਵਸਥ ਹੋਣ ਤੋਂ ਬਾਅਦ ਵੀ ਦਸਖਤ ਕਰ ਸਕਣ ਦੇ ਕਾਬਿਲ ਨਹੀਂ ਸੀ ਜ ਆਪਦੇ ਮੇਰੀਆਂ ਸੈਨ ਸ਼ਕਤੀਆਂ ਜਵਾਬ ਦੇ ਚੁੱਕੀਆਂ ਸੀ ਸਬਰ ਦਾ ਪਾਣੀ ਕਦੋਂ ਦਾ ਸਿਰ ਤੋਂ ਦੀ ਲੰਘ ਗਿਆ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਨਾ ਚੌਣ ਤੇ ਵੀ ਮੈਥੋਂ ਕੁਝ ਗਲਤ ਹੋ ਜਾਏਗਾ ਇੱਕ ਦਿਨ ਦਾ ਮੈਂ ਡਰ ਦਾ ਘਰੋਂ ਬਾਹਰ ਹੀ ਨਹੀਂ ਨਿਕਲਿਆ ਬਿਮਾਰਾਂ ਵਾਂਗ ਮੰਜੇ ਤੇ ਪਿਆ ਰਿਆ ਮਨ 'ਚ ਅਜੀਬ ਉਲਟੇ ਸਿੱਧੇ ਵਿਚਾਰ ਆਉਂਦੇ ਰਹੇ ਹੁਣ ਦਿਲ ਟੁੱਟ ਗਿਆ ਸੀ ਸਾਰੀ ਹੌਸਲਿਆਂ ਨੇ ਢੇਰੀ ਢਾਤੀ ਸੀ ਤੇ ਜਦੋਂ ਤਰਕਾਲਾ ਨੂੰ ਘਰ ਮੁੜਦਾ ਸਤੰਗ ਸਾਲਾਂ ਦੀ ਛੋਟੀ ਧੀ ਰਾਣੀ ਪੁੱਛਦੀ ਗੱਡੀ ਲਿਆਂਦੀ ਪਾਪਾ ਤੇ ਸਿਰ ਹਿਲਾਉਣ ਤੇ ਉਦਾਸ ਹੋ ਜਾਂਦੀ। ਬੱਚਿਆਂ ਨੇ ਕਦੇ ਵੀ ਇਹ ਨਹੀਂ ਪੁੱਛਿਆ ਖਾਣ ਲਈ ਅੱਜ ਕੀ ਲਿਆਇਓ ਜਾਂ ਸਾਨੂੰ ਫਿਲਮ ਘਰ ਕਦੋਂ ਖਾਣੀ ਹੈ। ਘਰ ਪਹੁੰਚਣ ਤੇ ਕੋਈ ਸਵਾਲ ਹੁੰਦਾ ਗੱਡੀ ਆ ਗਈ ਪਾਪਾ। ਇੱਕ ਬਹੁਤ ਵੱਡੀ ਸਜ਼ਾ ਮੇਰਾ ਪਰਿਵਾਰ ਭੋਗ ਰਿਹਾ ਸੀ। ਇੱਕ ਦਿਨ ਬੁਝੇ ਜੇ ਮਨ ਨਾਲ ਪਤਾ ਕਰਨ ਗਿਆ ਤਾਂ ਜਨਰਲ ਮੈਨੇਜਰ ਨੇ ਖੁਸ਼ ਹੋ ਕੇ ਦੱਸਿਆ ਸਰਦਾਰ ਸਾਹਿਬ ਮੰਤਰੀ ਦਾ ਨੇ ਫਾਈਲ ਤੇ ਸਾਈਨ ਕਰ ਦਿੱਤੇ ਨੇ। ਤੂੰ ਫੈਕਟਰੀ 'ਚ ਜਾ ਅਸੀਂ ਫਾਈਲ ਭੇਜ ਰਹੇ ਹਾਂ। ਕਾਸ਼ ਜੇ ਮਨ ਅੰਦਰ ਦੀ ਖੁਸ਼ੀ ਨੂੰ ਨਾਪਣ ਦਾ ਕੋਈ ਜੰਤਰ ਹੁੰਦਾ ਤਾਂ ਉਸ ਦਿਨ ਅਚਾਨਕ ਉਸ ਮਿਲੀ ਖੁਸ਼ੀ ਦੀ ਡਿਗਰੀ ਨਾਪ ਕੇ ਰੱਖਦਾ ਤੇ ਮੈਂ ਟਿਲਾਣੋਂ ਰਿਹੜੀ ਕਿਸੇ ਗੱਡੀ ਦੀ ਫੁਰਤੀ ਨਾਲ ਫੈਕਟਰੀ ਪੁੱਜਾ ਘਰ ਆ ਕੇ ਦੱਸਿਆ ਖੁਸ਼ੀ 'ਚ ਘਰ ਵਾਲੀ ਦੀਆਂ ਅੱਖਾਂ ਚਲਕਾਈਆਂ ਬੱਚੇ ਚੰਮਲ ਕੇ ਲੱਤਾਂ ਨਾਲ ਝੰਬੜ ਗਏ ਸਤਵੀਂ ਚ ਪੜਦਾ ਸੁਰਨਜੀਤ ਖੁਸ਼ੀ 'ਚ ਦੋ ਟਾਪੂ ਲਾ ਗਿਆ ਗੱਡੀ ਤਾਂ ਮਿਲ ਗਈ ਕੇਸ ਜੇ ਬਾਕੀ ਐ ਤੇ ਸੁਣਿਆ ਹੈਲਥ ਵਿਭਾਗ ਵਾਲਿਆਂ ਟਰਾਂਸਪੋਰਟ ਤੇ ਕਿ ਇਸ ਫਾਈਲ ਕਰ ਦਿੱਤਾ ਹੈ ਮੈਨੂੰ ਕਦੇ ਵੀ ਸਮਨ ਭੇਜੇ ਜਾ ਸਕਦੇ ਹੈ ਸ਼ਾਇਦ ਲੰਬੀ ਇੱਕ ਜਦੋਜਹਿਦ ਸ਼ੁਰੂ ਹੋਣ ਵਾਲੀ ਹੈ ਧੰਨਵਾਦ